ਇੰਟਰਨੈਸ਼ਨਲ ਸਿਕਸ sports ਕੌਂਸਲ ਪੈਲਾ ਕਿਸਾਤਾਰੀ ਆਲ ਇੰਡੀਆ 골ਡ ਕੱਪ ਹਾਕੀ ਲੀਗ ਮਿਤੀ 31 ਜਨਵਰੀ 2019 ਦਿਨ ਵੀਰਵਾਰ ਤੋਂ ਲੈ ਕੇ 4 ਫਰਵਰੀ ਦਿਨ ਸੋਮਵਾਰ ਤੱਕ ਕਰਵਾਇਆ ਜਾ ਰਿਹਾ ਹੈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਵਿਖੇ ਟੂਰਨਾਮੈਂਟ ਦਾ ਉਦਘਾਟਨ 31 ਜਨਵਰੀ ਸਵੇਰੇ 9 ਵਜੇ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਮੈਂਬਰ ਪਾਰਲੀਮੈਂਟ ਕਰਨਗੇ ਅਤੇ ਵਿਸ਼ੇਸ਼ ਸਨਮਾਨ ਡਾਕਟਰ ਉਪਰਾਇ ਪ੍ਰਦਾਨ ਸਮਾसेवी ਸਰਬੱਤ ਦਾ ਭਲਾ ਚੈਰੀਟੇਬਲ ٹرسٹ 2 ਫਰਵਰੀ ਪ੍ਰੋਫੈਸਰ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਮੈਂਬਰ ਪਾਰਲੀਮੈਂਟ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ 4 ਫਰਵਰੀ ਸਰਦਾਰ ਸੁਖਦੇਵ ਸਿੰਘ ਢਿੰਸਾ ਮੈਂਬਰ ਪਾਰਲੀਮੈਂਟ ਇਨਾਮ ਵੰਡ ਸਮਾਰੋਹ ਕਰਨਗੇ ਅਤੇ ਪਦਮਸ਼੍ਰੀ ਪਹਿਲਵਾਨ ਕਰਤਾਰ ਸਿੰਘ ਜੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ ਬੇਨਤੀ ਕਰਤਾ ਪ੍ਰਦਾਨ ਸਰਦਾਰ ਜਸਪੀਰ ਸਿੰਘ ਇੰਟਰਨੈਸ਼ਨਲ ਸਿੱਖ სპੋਰਟਸ ਕੌਂਸਲ ਅਤੀਸਮੂ ਮੈਂਬਰਾਂ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ 31 ਜਨਵਰੀ ਅਤੇ 4 ਫਰਵਰੀ ਨੂੰ ਚੈਨਲ ਆਈ ਪੰਜਾਬ ਤੇ ਦਿਖਾਇਆ ਜਾਵੇਗਾ